ਸ਼ਮਾਦਾਨ। ਸਤਿ ਸ਼੍ਰੀ ਅਕਾਲ ਦੋਸਤੋ, ਰੇਡੀਓ ਪੰਜਾਬ ਟੂਡੇ ਤੋਂ ਪ੍ਰੋਗਰਾਮ ਸ਼ਮਾਦਾਨ ਲੈ ਕੇ ਮੈਂ ਹਾਜ਼ਰ ਹਾਂ ਜੀ ਹਰਮੇਲ ਪ੍ਰੀਤ, ਅਤੇ ਮੇਰੇ ਨਾਲ ਨੇ ਬਖਤੌਰ ਸਿੰਘ ਢਿੱਲੋਂ। ਸੋ ਢਿੱਲੋਂ ਸਾਹਿਬ, ਅਗਲੀ ਖਬਰ ਦੇ ਵੱਲ ਰੁੱਖ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਕੁਛ ਨਾ ਕੁਛ ਢਿੱਲੋਂ ਸਾਹਿਬ ਹੁੰਦਾ ਹੀ ਰਹਿੰਦਾ। ਹੁਣ ਇੱਕ ਨਵੀਂ ਵੀਡੀਓ ਆਡੀਓ ਜਿਹੜੀ ਕੱਲ੍ਹ ਵਾਇਰਲ ਹੋ ਗਈ ਖਹਿਰਾ ਸਾਹਿਬ ਬਾਰੇ, ਦੋ ਨੇਤਾ ਪਾਰਟੀ ਦੇ ਆਪਸ 'ਚ ਕੋਈ ਗੱਲਬਾਤ ਕਰਦੇ ਸੀ। ਸੋ ਖਹਿਰਾ ਸਾਹਿਬ ਨੇ ਅੱਜ ਕਹਿਤਾ ਅਖਬਾਰਾਂ ਦੇ ਵਿੱਚ ਖਬਰ ਛਪਿਆ ਕਿ ਮੇਰੇ ਆਪਦੇ ਹੀ ਮੇਰੀਆਂ ਜੜ੍ਹਾਂ ਵੱਢਣ ਲੱਗੇ। ਵੈਸੇ ਇਹਦੇ 'ਚ ਕੋਈ ਸ਼ੱਕ ਨਹੀਂ, ਜੜ੍ਹਾਂ ਵੱਢਣ ਵਾਲੀ ਜਿਹੜੀ ਜੁਗਤ ਹੈ ਉਹ ਤਾਂ ਪਹਿਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ, ਇਹਨਾਂ ਦੇ ਜਿਹੜੇ ਪ੍ਰਬੰਧਕ ਸੀ ਜੀ, ਇਹਨਾਂ ਦੇ ਜਿਹੜੇ ਕਰਤੇ ਧਰਤੇ ਸੀ, ਉਹਨਾਂ ਨੇ ਆਪਦੇ ਵਰਕਰਾਂ ਨੂੰ ਸਿਖਾਤਾ ਸੀ। ਮਤਲਬ ਇੱਕ ਦੂਜੇ ਦੀਆਂ ਵੜਦੇ ਵੜਦੇ ਨੇ ਪਾਰਟੀ ਦੀਆਂ ਵੜਦੀਆਂ। ਹਾਂ ਹਾਂ, ਉਹ ਸ਼ੁਰੂ ਤੋਂ ਤੁਸੀਂ ਦੇਖੋ ਕਿ ਕਰਪਸ਼ਨ ਦੇ ਖਿਲਾਫ ਜਦੋਂ ਮੁਹਿੰਮ ਚਲਾਉਂਦੇ ਸੀ ਉਦੋਂ ਲੋਕਾਂ ਨੂੰ ਆਪਣੇ ਨੂੰ ਇਹ ਸਿਖਾਤਾ ਸੀ ਕਿ ਤੁਸੀਂ ਮੋਬਾਈਲ ਫੋਨ ਦੇ ਉੱਤੇ ਉਹਨਾਂ ਦੀ ਰਿਕਾਰਡਿੰਗ ਕਰੋ, ਮੋਬਾਈਲ ਫੋਨ ਦੇ ਉੱਤੇ ਉਹਨਾਂ ਦੀ ਤੁਸੀਂ ਵੀਡੀਓਗ੍ਰਾਫੀ ਕਰੋ ਜੀ, ਉਹਨੂੰ ਫਿਰ ਆਪਾਂ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ। ਆਮ ਤੌਰ 'ਤੇ ਮੈਂ ਹੁਣ ਲਾ ਕੇ ਨਹੀਂ ਕਹਿ ਰਿਹਾ ਗੱਲ ਕਿ ਆਮ ਆਦਮੀ ਪਾਰਟੀ ਵਾਲੇ ਸਾਰੇ ਹੀ ਉਹੋ ਜਿਹੇ ਹੈ, ਪਾਰਟੀਆਂ ਦੂਜੀਆਂ ਵਾਲੇ ਉਦੋਂ ਵੀ ਚਾਹੁੰਦਾ, ਲੇਕਿਨ ਉਹ ਕਹਿੰਦੇ ਹੁੰਦੇ ਆ ਨਾ, ਸਿਆਣੇ ਬੰਦੇ ਕਹਿੰਦੇ ਹੁੰਦੇ, ਕਦੇ ਬਾਂਦਰ ਨੂੰ ਉਹ ਮਾਚਿਸ ਨਹੀਂ ਫੜਾਈਦੀ ਹੁੰਦੀ ਜੀ। ਕਈ ਵਾਰੀ ਉਹ ਲਾ ਕੇ ਦੇਖ ਲੈਂਦਾ ਵੀ ਚੌੜ ਚੌੜ ਚੀ ਕਰਕੇ ਦੇਖ ਲੈਂਦਾ। ਲਗਭਗ ਉਹ ਸਥਿਤੀ ਹੋਈ ਹੈ ਕਿ ਸਾਡੇ ਲੋਕ ਜਿਹੜੇ ਹੈਗੇ, ਭਾਵੇਂ ਉਹ ਆਮ ਆਦਮੀ ਪਾਰਟੀ 'ਚ ਹੈ, ਭਾਵੇਂ ਉਹ ਕਾਮਰੇਡਾਂ 'ਚ ਹੈ, ਭਾਵੇਂ ਉਹ ਅਕਾਲੀ ਦਲ 'ਚ ਹੈ, ਬੀਜੇਪੀ 'ਚ ਹੈ ਜਾਂ ਕਾਂਗਰਸ 'ਚ ਹੈ, ਕਿਸੇ ਵੀ ਪਾਰਟੀ ਦੇ ਵਿੱਚ ਹੈ ਜੀ, ਅਜੇ ਤੱਕ ਸਾਡੀ ਮਾਨਸਿਕਤਾ ਜਿਹੜੀ ਹੈਗੀ ਹੈ ਨਾ, ਉਹ ਮਾਨਸਿਕਤਾ ਸਾਡੀ ਉਨੀ ਸਿਵਲਾਈਜ਼ਡ ਨਹੀਂ ਹੋਈ ਜਿੰਨਾ ਤਕਨੀਕ ਜਿਹੜੀ ਅੱਗੇ ਵੱਧ ਗਈ। ਅਸੀਂ ਕਰਦੇ ਕੀ ਹੈ ਕਿ ਜਿਹੜੀ ਸਾਡੇ ਕੋਲ ਗੱਲ ਆ ਗਈ ਫਿਰ ਅਸੀਂ ਉਹਨੂੰ ਪੁੱਠੇ ਪਾਸੇ ਪਾ ਕੇ ਲੈ ਜਾਂਦੇ ਜੀ। ਹੁਣ ਤੁਸੀਂ ਇਹ ਦੇਖੋ ਕਿ ਜਿੱਦਣ ਦੂਜੀ ਵਾਰੀ ਚੋਣ ਹੁੰਦੀ ਹੈ ਦਿੱਲੀ ਦੇ ਵਿੱਚ, ਅਰਵਿੰਦ ਕੇਜਰੀਵਾਲ ਸਾਹਿਬ 17 ਦੇ ਵਿੱਚੋਂ 67 ਸੀਟਾਂ ਲੈ ਕੇ ਇੱਕ ਰਿਕਾਰਡ ਬਣਾਉਂਦੇ ਆ ਭਾਰਤ ਦੇ ਚੋਣ ਇਤਿਹਾਸ ਦੇ ਵਿੱਚ, ਐਡੀ ਵੱਡੀ ਵਿਕਟਰੀ ਅੱਜ ਤੱਕ ਕਿਸੇ ਨੂੰ ਨਹੀਂ ਮਿਲੀ ਜੀ। ਉਹ ਤੋਂ ਅਗਲੇ ਦਿਨ ਹੀ ਇੱਕ ਗੱਲਬਾਤ ਹੁੰਦੀ ਹੈ, ਗੱਲਬਾਤ ਕਿਹਦੇ ਦਰਮਿਆਨ ਹੁੰਦੀ ਹੈ, ਫੂਲਕਾ ਸਾਹਿਬ ਦੇ ਅਤੇ ਭਗਵੰਤ ਮਾਨ ਦੇ ਦਰਮਿਆਨ, ਅਤੇ ਭਗਵੰਤ ਮਾਨ ਕਹਿ ਰਿਹਾ ਵੀ ਮੈਂ ਆਪਣੀ ਮਰਜ਼ੀ ਆਪਣੇ ਦਮਖਮ 'ਤੇ ਜਿੱਤਿਆ, ਗਾਂਧੀ ਜੀ ਆਪਣੇ ਦਮਖਮ 'ਤੇ ਜਿੱਤੇ ਹੈ, ਅਲੱਗ ਅਲੱਗ ਫੂਲਕਾ ਸਾਹਿਬ ਆਪਣੇ ਦਮਖਮ 'ਤੇ ਜਿੱਤੇ ਹੈ, ਸ਼ਾਇਦ ਗਾਂਧੀ ਜੀ ਨਾਲ ਗੱਲ ਹੋ ਰਹੀ ਹੈ, ਸੋਰੀ ਮੈਂ ਗੱਲ ਗਾਂਧੀ ਜੀ ਨਾਲ, ਧਰਮਵੀਰ ਗਾਂਧੀ ਨਾਲ ਗੱਲ ਹੁੰਦੀ ਹੈ, ਫਲਾਨਾ ਫਲਾਨੇ ਜੀ ਫਲਾਨੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ, ਫੂਲਕਾ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲਦੀ ਸੀ, ਇਹ ਨਹੀਂ ਜੀ ਠੀਕ ਹੋਣਾ, ਆਪਾਂ ਆਪਣੇ ਮੁਤਾਬਕ ਚੱਲਦੇ ਹਾਂ। ਅਤੇ ਉਹ ਜਦੋਂ ਫਿਰ ਬਾਅਦ 'ਚ ਗਾਂਧੀ ਜੀ ਦਾ ਅਤੇ ਆਮ ਆਦਮੀ ਪਾਰਟੀ ਦਾ ਥੋੜ੍ਹਾ ਜਿਹਾ ਮਨਮੁਟਾਵ ਹੋ ਗਿਆ, ਵੀਡੀਓ ਵਾਇਰਲ ਹੋ ਗਈ, ਇਲਜ਼ਾਮ ਲਾਇਆ ਗਿਆ ਕਿ ਸ਼ਾਇਦ ਇਹ ਗਾਂਧੀ ਹੋਰਾਂ ਨੇ ਕੀਤੀ ਹੈ, ਲੇਕਿਨ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਗਾਂਧੀ ਹੋਰਾਂ ਨੇ ਖੰਡਨ ਕਰਤਾ ਕਿ ਮੈਂ ਨਹੀਂ ਕੀਤੀ, ਗਾਂਧੀ ਜੀ ਨੇ ਇਹ ਵੀ ਇੰਕਸ਼ਾਫ ਕਰਤਾ ਵੀ ਸ਼ਾਇਦ ਹੋ ਸਕਦਾ ਹੈ ਸਾਡੀ ਦੋਨਾਂ ਦੀ ਰਿਕਾਰਡਿੰਗ ਸਰਕਾਰ ਵੱਲੋਂ ਹੁੰਦੀ ਹੋਵੇ ਅਤੇ ਵਕਤ ਪਾ ਕੇ ਉਹਨਾਂ ਨੇ ਕਰਤੀ ਹੋਵੇ। ਸੋ ਇਹ ਜਿਹੜੀ ਇਹਨਾਂ ਵੀਡੀਓ ਦੀ ਰਿਕਾਰਡਿੰਗ ਵਾਲੀ ਜਾਂ ਜਿਹੜੀ ਕਾਲ ਰਿਕਾਰਡਿੰਗ ਵਾਲੀ ਗੱਲ ਜਿਹੜੀ ਹੈ, ਇਹਨਾਂ ਨੇ ਆਪਣੇ ਆਪ ਹੀ ਪੁਰਾਣਾ ਪਾਇਆ ਹੋਇਆ ਹੈ। ਅਤੇ ਹੁਣ ਤਾਂ ਪੰਜਾਬ ਦੇ ਵਿੱਚ ਹਾਲਾਤ ਨੇ ਕਿ ਪਿੰਡਾਂ ਦੇ ਲੋਕਾਂ ਨੇ ਪਰਮਾਨੈਂਟ ਹੀ ਜਿਹੜੇ ਕਾਲ ਰਿਕਾਰਡਿੰਗ ਵਾਲਾ ਸਿਸਟਮ ਜਿਹੜਾ ਹੈਗਾ ਉਹ ਆਨ ਕਰ ਲਿਆ ਕਿ ਜਿਹਦਾ ਹਰੇਕ ਦੀ ਰਿਕਾਰਡਿੰਗ ਕਰ ਲਓ ਅਤੇ ਬਾਅਦ ਦੇ ਵਿੱਚ ਆਪਾਂ ਵੇਖ ਲਾਂਗੇ ਉਹਨੂੰ ਵਿੱਚੋਂ ਘੱਟ ਵੱਢ ਕਰਕੇ ਕਰ ਲਓ, ਚੱਲਦਾ ਇਹ। ਹੁਣ ਜਿਹੜੀ ਨਵੀਂ ਗੱਲ ਆਈ ਹੈ ਕਿ ਜਦੋਂ ਅਰਵਿੰਦ ਕੇਜਰੀ ਸਾਹਿਬ ਨੇ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗ ਲਈ ਜੀ, ਅਤੇ ਉਸ ਮਾਫ਼ੀ ਦਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਵੱਡੇ ਹਿੱਸੇ ਨੇ ਵਿਰੋਧ ਕੀਤਾ ਜੀ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹ ਵਿਰੋਧ ਜਾਇਜ਼ ਵੀ ਹੈ ਉਹਨਾਂ ਦਾ, ਉਹਨਾਂ ਨੇ ਇਹਦਾ ਵਿਰੋਧ ਕੀਤਾ, ਉਹਨਾਂ ਨੇ ਇਹੀ ਗੱਲ ਕੀਤੀ ਕਿ ਅਸੀਂ ਲੋਕਾਂ ਨੂੰ ਮੂੰਹ ਕਿਵੇਂ ਦਿਖਾਵਾਂਗੇ ਜੀ, ਅਸੀਂ ਸਾਡੇ ਵਲੰਟੀਅਰਾਂ ਨੇ ਸਾਡੇ ਵਰਕਰਾਂ ਨੇ ਆਪਣੇ ਘਰਾਂ ਦੇ ਉੱਤੇ ਲਿਖ ਕੇ ਲਾ ਲਿਆ ਕਿ ਹਾਂ ਅਸੀਂ ਇਲਜ਼ਾਮ ਲਾਉਣੇ ਆ ਬਿਕਰਮ ਸਿੰਘ ਮਜੀਠੀਆ ਜਿਹੜਾ ਹੈਗਾ ਚਿੱਟੇ ਦਾ ਵਪਾਰੀ ਹੈ ਵਗੈਰਾ ਵਗੈਰਾ ਜੀ ਜੀ, ਇਹ ਗੱਲ ਠੀਕ ਨਹੀਂ। ਉਹਨਾਂ ਦਿਨਾਂ ਦੇ ਵਿੱਚ ਦੋ ਲੀਡਰਾਂ ਦੀ ਗੱਲ ਹੁੰਦੀ ਹੈ,
ਇੱਕ ਪੰਜਾਬ ਦੇ ਲੀਡਰ ਹੈ ਅਤੇ ਇੱਕ ਦਿੱਲੀ ਦੇ ਲੀਡਰ ਹੈ। ਆਪਸ ਮੈਂ ਗੱਲ ਕਰਦੇ ਹਾਂ ਵੀ ਹੁਣ ਦਿੱਲੀ ਵਾਲਾ ਲੀਡਰ ਪੁੱਛਦਾ ਵੀ ਸੁਖਪਾਲ ਸਿੰਘ ਖਹਿਰਾ ਜ਼ਿਆਦਾ ਬੋਲਣ ਲੱਗ ਗਿਆ, ਇਹਦਾ ਕਰੀਏ ਕੀ? ਪੰਜਾਬ ਵਾਲਾ ਲੀਡਰ ਕਹਿੰਦਾ ਸੁਖਪਾਲ ਸਿੰਘ ਖਹਿਰਾ ਦਾ ਕੱਦ ਬਹੁਤ ਵੱਧ ਗਿਆ, ਇਹਨਾਂ ਨੂੰ ਹੁਣ ਆਪਾਂ ਹਟਾ ਵੀ ਨਹੀਂ ਸਕਦੇ, ਜੇ ਇਹਨੂੰ ਹਟਾਉਣੇ ਹੈ ਤਾਂ ਇਹਦਾ ਕੱਦ ਘੱਟ ਇੰਨਾ ਵੱਧ ਗਿਆ, ਨੁਕਸਾਨ ਜ਼ਿਆਦਾ ਹੋਜੂ। ਕਹਿੰਦੇ ਫਿਰ ਅਗਲੀ ਕੀ ਯੁਕਤ ਬਣਾਈਏ? ਕਹਿੰਦੇ ਇੱਕੋ ਹੀ ਯੁਕਤ ਹੈ, ਜਾਂ ਤਾਂ ਇਹਦਾ ਕੱਦ ਘਟਾਈਏ ਜੀ, ਅਤੇ ਜਾਂ ਫਿਰ ਕਹਿੰਦੇ ਕਿਸੇ ਹੋਰ ਦਾ ਕੱਦ ਵਧਾਈਏ। ਹੋਰ ਦਾ ਤਾਂ ਪਤਾ ਨਹੀਂ, ਮੈਨੂੰ ਲੱਗਦੀ ਪਾਰਟੀਆਂ ਵਾਲੇ ਕੱਦ ਵਧਾਉਂਦੇ ਨਾ ਵਧਾਉਂਦੇ। ਸਾਡੇ ਇੱਥੇ ਇੱਕ ਪੱਤਰਕਾਰ ਹੁੰਦਾ ਸੀ ਅਮਰ ਉਜਾਲਾ ਦਾ, ਜਦੋਂ ਅਮਰ ਉਜਾਲਾ ਦਾ ਲਾਂਚ ਹੋਇਆ ਜੀ, ਸੀ ਉਹ ਵਿਚਾਰਾ ਬਾਹਰਲੇ ਕਿਸੇ ਸੂਬੇ ਦਾ, ਹਰੀ ਵਰਮਾ ਜੀ ਜੀ, ਅਤੇ ਹਰੀ ਵਰਮਾ ਜਦੋਂ ਅਸੀਂ ਪੱਤਰਕਾਰ ਇਕੱਠੇ ਹੋ ਜਾਂਦੇ ਕਿ ਇਹ ਗੱਲਾਂ ਸੁਣਾਉਂਦਾ, ਉਹ ਬਿਹਾਰ ਬਹੂਰ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ, ਯੂਪੀ 'ਚ ਕੰਮ ਕੀਤਾ ਸੀ, ਉਹ ਕਹਿੰਦਾ ਵੀ ਉੱਧਰ ਜਿਹੜੇ ਗੈਂਗਸਟਰ ਆਏ ਜਦੋਂ ਧਮਕੀ ਦਿੰਦੇ ਪੱਤਰਕਾਰਾਂ ਨੂੰ, ਤਾਂ ਇਹ ਕਹਿੰਦੇ ਹੁੰਦੇ ਸੀ ਕਿ ਤੇਰਾ ਕੱਦ 6 ਇੰਚ ਛੋਟਾ ਕਰ ਦਿੱਤਾ ਜਾਊਗਾ ਜੀ। ਮੈਂ ਕਿਹਾ ਜੀ ਕੱਦ ਕਿਵੇਂ ਛੋਟਾ ਕਰਦਾ, ਗੜਬੜਨ ਦੇ ਜੋੜ ਕੇ। ਹੁਣ ਇਹ ਮੇਰਾ ਖਿਆਲ ਹੈ ਵੀ ਸੁਖਪਾਲ ਸਿੰਘ ਖਹਿਰਾ ਹੁਣ ਇਕੱਲਾ ਦਮਖਮ ਵਾਲਾ ਲੀਡਰ ਹੈਗਾ, ਹੋਰ ਤਾਂ ਕੱਦ ਕੋਈ ਕਿਸੇ ਢੰਗ ਨਾਲ ਨਹੀਂ ਜਿਹੜਾ ਹੈਗਾ ਛੋਟਾ ਹੁੰਦਾ ਨੀ, ਇਹੀ ਹੈ ਕਿ ਉਹਨੂੰ ਸਿਆਸੀ ਤੌਰ ਤੇ ਕਤਲ ਕਰ ਦਿੱਤਾ ਜਾਵੇ ਜੀ ਜੀ, ਜਿਉਂਦਾ ਭਾਵੇਂ ਉਹ ਰਹੇ ਜੀ, ਉਹਨੂੰ ਕਿਸੇ ਪਾਸੇ ਜੋਗਰਾਂ ਨਹੀਂ ਛੱਡੇ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਜਿਵੇਂ ਅਕਾਲੀ ਦਲ ਦੇ ਖਿਲਾਫ਼ ਚਾਂਦਮਾਰੀ ਕੀਤੀ ਹੈ, ਜਿਵੇਂ ਉਹਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਮੋਰਚਾ ਖੋਲਿਆ ਹੋਇਆ, ਇਹਨਾਂ ਹਾਲਾਤਾਂ ਦੇ ਵਿੱਚ ਇਸ ਵੇਲੇ ਤਾਂ ਹਾਲਤ ਹੈ ਕਿ ਜੇ ਆਮ ਆਦਮੀ ਪਾਰਟੀ ਨੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਤੀ, ਉਹ ਵਿਚਾਰਾ ਜਾਊ ਕਿੱਥੇ? ਉਹਨੂੰ ਕਿਤੇ ਜਾਣ ਚੁੱਕਣਾ ਨਹੀਂ। ਜਿਹੜਾ ਇਸ ਕਿਸਮ ਦਾ ਪਾਰਟੀਆਂ ਦੇ ਵਿੱਚ ਜਿਹੜਾ ਨਹੀਂ ਚੱਲਣਾ ਚਾਹੀਦਾ। ਔਰ ਇੱਕ ਅਗਲੀ ਹੋਰ ਹੈ, ਇਹ ਵੀ ਅਖਬਾਰ ਨੇ ਦੱਸਤਾ ਕਿ ਬਿਮਾਰੀ ਉੱਥ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਜੀ, ਪਠੋਰੇ ਨੂੰ ਵੀ ਉਹੀ ਰੋਗ ਹੈ, ਕਿਉਂਕਿ ਜਿਹੜੇ ਪੰਜਾਬ ਦਾ ਜਿਹੜਾ ਆਗੂ ਹੈ ਮਿਸਟਰ ਗੈਰੀ ਜੀ, ਕਹਿੰਦੇ ਗੈਰੀ ਸਾਹਿਬ ਤਾਂ ਦੁਰਗੇਸ਼ ਪਾਠਕ ਦੇ ਸਭ ਤੋਂ ਨੇੜਲੇ ਹੁੰਦੇ ਸੀ, ਗੈਰੀ ਵੜਿੰਗ ਹੈ ਜੀ ਜੀ, ਤੇ ਦੁਰਗੇਸ਼ ਪਾਠਕ ਨੇ ਤੇ ਸੰਜੇ ਸਿੰਘ ਨੇ ਜੋ ਜਿਹੜੀ ਪਾਰਟੀ ਲੱਗਦੀ ਸੀ ਕਿ ਸਰਕਾਰ ਬਣਾ ਗਈ ਤੇ ਉਸ ਪਾਰਟੀ ਨੂੰ ਜਿਹੜੀਆਂ 20 ਸੀਟਾਂ ਤੇ ਲਿਆ ਕੇ ਖੜਾ ਕੀਤਾ ਹੈ। ਮੇਰਾ ਖਿਆਲ ਇਹੋ ਜਿਹੇ ਐਡਵਾਈਜ਼ਰ ਜਿਹੜੇ ਹੈਗੇ ਇਹਨਾਂ ਐਡਵਾਈਜ਼ਰਾਂ ਦੇ ਮੁਤਾਬਕ ਹੀ ਚੱਲਦੇ ਸੀ, ਤੇ ਅੱਜ ਵੀ ਐਡਵਾਈਸ ਜੇ ਇਹਨਾਂ ਦੀ ਚੱਲਦੀ ਹੈ ਤੇ ਇਹਦਾ ਮਤਲਬ ਹੈ ਕਿ ਜਿਹੜੀ ਦਿੱਲੀ ਵਾਲੀ ਲੀਡਰਸ਼ਿਪ ਹੈ ਉਹਨੇ ਕੋਈ ਸਬਕ ਨਹੀਂ ਸਿੱਖਿਆ, ਦਿੱਲੀ ਵਾਲੀ ਲੀਡਰਸ਼ਿਪ ਅਜੇ ਵੀ ਉੱਥੇ ਫਿਰਦੀ ਹੈ ਜਿੱਥੇ ਸੀ ਜੀ। ਪਰ ਉਹ ਕਹਿੰਦੇ ਕਦ ਦਾ ਮਤਲਬ ਵਧਾਉਣਾ ਵੀ 6 ਮਹੀਨੇ 'ਚ ਪੈਣਾ, 6 ਮਹੀਨੇ 'ਚ ਮੈਂ ਪਤਾ ਨਹੀਂ ਕਿਵੇਂ ਵਧਾਉਣਗੇ ਜੀ।